राष्ट्रीय अल्पसंख्यक आयोग के अध्यक्ष इकबाल सिंह लालपुरा ने कश्मीर में इंजीनियर के किडनैप कर उसकी हत्या की जांच के लिए आवाज उठाई है संवाददाता नितिन धीमा ने उनसे खास बात की मेरा ना नाम इस वक्त इकबाल सिंह लालपुरा ने कट गिनती कमीशन के राष्ट्रीय चेयरमैन ने बात करेंगे दरअसल कश्मीर दे बीच एक युवक जेड़ा मिसिंग होए सी उदी बॉडी मिली है सिख युवक सर की इससे संज्ञान लिया गया ते पूरा मसला की है सर गुरमीत सिंह नु 25 तारीख नु ਕਸ਼ਮੀਰ ਦੇ ਵਿੱਚੋਂ ਅਗਵਾ ਕੀਤਾ ਗਿਆ ਸੀ ਪਰਿਵਾਰ ਚਾਹੁੰਦਾ ਸੀ ਕਿ ਉਹਨੂੰ ਪੁਲਿਸ ਜਿਹੜੀ ਹੈ ਇਨਵੈਸਟੀਗੇਸ਼ਨ ਕਰਕੇ ਉਹਨੂੰ ਟ੍ਰੇਸ ਕਰੇ ਲੇਕਿਨ ਉਹਨਾਂ ਦੀ ਡੈੱਡ ਬੋਡੀ ਮਿਲੀ ਆ ਕੱਲ ਤੇ ਲੋਕਾਂ ਨੂੰ ਜਿਹੜੀ ਹੈ ਪਰਿਵਾਰ ਨੂੰ ਲੱਗਦਾ ਹੈ ਕਿ ਪੁਲਿਸ ਨੇ ਜਿੰਨਾ ਕੰਮ ਕਰਨਾ ਚਾਹੀਦਾ ਸੀ ਉਹ ਨਾ ਕੀਤਾ ਇਸ ਲਈ ਮੈਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇਹਦੇ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਇਨਸਾਫ ਦਵਾਇਆ ਜਾਵੇ ਤਾਂ ਕਿ ਜਿਹੜਾ ਦੁੱਧਾ ਦੁੱਧ ਪਾਣੀ ਦਾ ਪਾਣੀ ਕੋਈ ਦੋਸ਼ੀ ਬਚੇ ਨਾ ਤੇ ਕੋਈ ਬੇਗੁਨਾ ਚਲਾਣ ਨਾ ਹੋਵੇ। ਜੀ ਤੁਸੀਂ ਜਿਹੜਾ ਲਿਖ ਕੇ ਭੇਜਿਆ ਇਹਦੀ ਕੋਈ ਲਿਮਟ ਵੀ ਹੈ ਕਿ ਨੇ ਤੁਹਾਨੂੰ ਦੇਣਾ ਪਏਗਾ ਉਹਨਾਂ ਅਨੁਸਾਰ ਕੀ ਆ? ਨਹੀਂ ਐਸਾ ਹੈ ਗਵਰਨਰ ਸਾਹਿਬ ਬੜੇ ਸੀਨੀਅਰ ਹੈਗੇ ਨੇ ਲੈਫਟੇਨੈਂਟ ਗਵਰਨਰ ਸਾਹਿਬ ਸਿਨਾ ਸਾਹਿਬ ਉਹਨਾਂ ਨੂੰ ਮੈਂ ਪਰਸਨਲ ਡੀਓ ਲਿਖਿਆ ਹੈ ਇਹਦੇ ਬਾਰੇ ਔਰ ਜਿਹੜੀ ਇਹਦਾ ਅਰਧ ਸਰਕਾਰੀ ਪੱਤਰ ਹੈ ਇਹਦਾ ਆਪਣੀ ਜਗ੍ਹਾ ਇੱਕ ਪ੍ਰਭਾਵਸ਼ਾਲੀ ਹੈਗਾ ਤੇ ਰਿਕਵੈਸਟ ਕੀਤੀ ਹੈ ਕਿ ਇਹਨਾਂ ਨੂੰ ਇੱਕ ਪਰਿਵਾਰ ਨੂੰ ਇਨਸਾਫ ਮਿਲੇ। ਕਸ਼ਮੀਰ ਚ ਪਹਿਲਾਂ ਵੀ ਇਸ ਤਰੀਕੇ ਦੇ ਕਈ ਟਾਰਗੇਟਸ ਕੀ ਲਿੰਗ ਹੋਈਆਂ ਕਿ ਟੀਚਰਾਂ ਨੂੰ ਸਿੱਖ ਟੀਚਰਾਂ ਨੂੰ ਗੋਲੀਆਂ ਮਾਰ ਦਿੱਤੀਆਂ ਸੀਗੀਆਂ ਤਾਂ ਕੀ ਲੱਗ ਰਿਹਾ ਉਤੋਂ ਦੇ ਬਰ ਚ ਕੀ ਕੁਝ ਹੁਣ ਲੱਗਦਾ ਕੜੇ ਕਦਮ ਚੱਕਣ ਦਾ ਟਾਈਮ ਆ ਗਿਆ ਨਹੀਂ ਕਸ਼ਮੀਰ ਦੇ ਵਿੱਚ ਪੂਰੀ ਸ਼ਾਂਤੀ ਹੈ ਮੈਂ ਉੱਥੇ ਜਾ ਕੇ ਆਇਆ ਰਿਮੋਟ ਏਰੀਆ ਜਿੱਥੇ ਕਦੇ ਕੋਈ ਨਹੀਂ ਸੀ ਗਿਆ ਮੈਂ ਡਾਊਨ Town ਚ ਵੀ ਸ਼ਰੀਨਗਰ ਚ ਮਿਲ ਕੇ ਆਇਆ ਲੋਕਾਂ ਨੂੰ ਪੜ گاਉਂ ਚ ਵੀ ਮਿਲ ਕੇ ਆਇਆ ਪਲਵਾਮਾ ਚ ਵੀ ਦੂਜੇ ਪਾਸੇ ਸਾਰੇ ਪਾਸੇ ਜਾ ਕੇ ਆਇਆ ਤੇ ਕੋਈ ਇੱਥੇ ਉੱਥੇ ਪੂਰੀਨ ਸ਼ਾਂਤੀ ਹੈ ਲੇਕਿਨ ਛੋਟਪਟ ਕਟਨਾਵਾ ਹੋ ਜਾਂਦੀ ਹੈ ਔਰ ਹਰ ਕਟਨਾ ਨੂੰ ਬੜੇ ਸੀਰੀਅਸਲੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਬੋਲ ਰਹੇ ਸੀ ਇਕਬਾਲ ਸਿੰਘ ਲਾਪੂਰਾ ਜਿਨ੍ਹਾਂ ਨੇ ਦੱਸਿਆ ਪੂਰਾ ਮਸਲਾ ਕਿ ਕਿਸ ਤਰੀਕੇ ਨਾਲ ਉਧਰ ਕਿਲਿੰਗ ਹੋਈ ਹੈ ਤੇ ਹੁਣ ਐਲਜੀ ਨੂੰ ਵੀ ਉਹਦੇ ਬਾਰੇ ਲਿਖਿਆ ਗਿਆ ਦਿੱਲੀ ਤੋਂ ਕੈਮਰਾ ਬਣਾ ਦਿੱਤਨਾ ਨਿਤਿੰਤਿਮਾਨ ਐਮੈਸ਼ਪਨ ਨਿਊਜ਼